ਸਤਿ ਸ਼੍ਰੀ ਅਕਾਲ ਜੀ, ਸਵਾਗਤ ਕਰਦੇ ਹਾਂ ਤੁਹਾਡਾ ਆਪਣੇ ਯੂਟਿਊਬ ਚੈਨਲ ਚਾਹਲ ਡੈਰੀ ਵਲੋਗਸ 'ਤੇ। ਲੁਧਿਆਣਾ ਐਗਰੀਕਲਚਰ ਯੂਨੀਵਰਸਿਟੀ ਦੇ ਕਿਸਾਨ ਮੇਲੇ ਦੀਆਂ ਕੁਝ ਝਲਕੀਆਂ ਦਿਖਾਵਾਂਗੇ ਦੋਸਤੋ। ਸਵੇਰੇ 11:30 ਪਹੁੰਚ ਗਏ ਸੀ, ਮਨਵੀਰ ਘਰੋਂ ਲਿਆਇਆ ਸੀਗਾ ਪਰੌਂਠੇ, ਅਤੇ ਪਹੁੰਚਦੇ ਸਾਰ ਪਹਿਲਾਂ ਪਰੌਂਠੇ ਖਾਏ, ਫਿਰ ਅੱਗੇ ਮੇਲੇ ਦੀ ਸ਼ੁਰੂਆਤ ਕਰੀ। ਡਾਈਟਮਿਨ ਪੀ ਬਾਰੇ ਜਾਣਕਾਰੀ ਲਈ ਸੀ। ਇਹ ਜਿਵੇਂ ਆਪਣੀਆਂ ਹੀਫਰਸ ਨੂੰ ਆਪਾਂ ਤਿਆਰ ਕਰਦੇ ਹਾਂ, ਉਹਨਾਂ ਦੀ ਗਰੋਥ ਲਈ, ਉਹਨਾਂ ਦੇ ਇੰਟਰਨਲ ਗਰੋਥ ਲਈ ਕਾਫੀ ਵਧੀਆ ਦੱਸਿਆ ਬਾਈ ਨੇ। ਆਪਾਂ ਨੇ ਮੇਲੇ ਤੋਂ ਇੱਕ ਦਿਨ ਪਹਿਲਾਂ ਹੀ ਖਰੀਦਿਆ ਸੀ, ਅਤੇ ਬਾਕੀ ਦੇਖਦੇ ਹਾਂ ਕਿਵੇਂ ਹੈ ਰਿਜ਼ਲਟ, ਦੱਸਾਂਗੇ ਤੁਹਾਨੂੰ। ਅਤੇ ਇਹ ਜਿਹੜਾ ਉਹਨਾਂ ਦਾ ਯੂਨੀਵਰਸਿਟੀ ਦਾ ਜਿਹੜਾ ਮਿਨਰਲ ਮਿਕਸਚਰ ਅਤੇ ਇਹ ਬਾਈਪਾਸ ਫੈਟ ਵਗੈਰਾ, ਉਹ ਕਾਫੀ ਸਸਤੇ ਰੇਟਾਂ 'ਤੇ ਮਿਲਦੀ ਹੈ, ਅਤੇ ਏਰੀਏ ਦੇ ਹਿਸਾਬ ਨਾਲ ਮਿਲਦੀ ਆ। ਕਾਫੀ ਲੋਕ ਲੈ ਰਹੇ ਸੀਗੇ ਅਤੇ ਪਤਾ ਕੀਤਾ ਸੀਗਾ ਆਪਾਂ ਨੇ, ਉਹ ਕਹਿੰਦੇ ਵੀ ਰਿਜ਼ਲਟ ਵੀ ਵਧੀਆ ਹੈ। ਅਤੇ ਅੱਗੇ ਦੇਖਿਆ ਸੀਗੀਆਂ ਆਪਾਂ ਨੇ ਥੋੜ੍ਹੀਆਂ ਜਿਹੀਆਂ ਕਿਤਾਬਾਂ ਜਿਹੜੀਆਂ ਕਿ ਆਪਣੇ ਪਸ਼ੂ ਪਾਲਣ ਦੇ ਨਾਲ ਸੰਬੰਧਿਤ ਸੀਗੀਆਂ। ਮੇਲਾ ਆਪਾਂ ਨੇ ਪਸ਼ੂ ਪਾਲਣ ਵਾਲਾ ਹੀ ਰਿਕਾਰਡ ਕਰਿਆ ਜ਼ਿਆਦਾ, ਬਾਕੀ ਦਾ ਨਹੀਂ ਕੀਤਾ। ਅਤੇ ਉੱਥੇ ਮੱਝਾਂ ਦੀ ਸਾਂਭ ਸੰਭਾਲ, ਗਾਵਾਂ ਦੀ ਸਾਂਭ ਸੰਭਾਲ, ਕਿਤਾਬਾਂ AI ਦੇ ਸੰਬੰਧਿਤ 'ਚ ਕਿਤਾਬਾਂ ਸੀਗੀਆਂ ਕਾਫੀ। ਚਲੋ ਜੇ ਕਿਸੇ ਨੇ ਪੜ੍ਹਨੀਆਂ ਹੋਣ ਤਾਂ ਜਾਣਕਾਰੀ ਵਧੀਆ ਮਿਲਦੀ ਹੈ। ਅਤੇ ਬਾਕੀ ਤੁਸੀਂ ਭੀੜ ਦੇਖ ਸਕਦੇ ਹਾਂ ਪਸ਼ੂ ਪਾਲਣ ਵਾਲੇ, ਉਹਦੇ 'ਚ ਕਾਫੀ ਜ਼ਿਆਦਾ ਭੀੜ ਸੀਗੀ। ਅਤੇ ਇੱਕ ਇਹ ਕੈਮਰੇ ਵਾਲੀ AI ਗਨ ਹੈ ਦੋਸਤੋ, ਇਹਦੇ ਬਾਰੇ ਆਪਾਂ ਉਹਨਾਂ ਨਾਲ ਥੋੜ੍ਹਾ ਜਿਹਾ ਗੱਲਬਾਤ ਕਰ ਰਹੇ ਸੀਗੇ, ਕਿਉਂਕਿ ਆਪਣੇ ਕੋਲ ਵੀ ਹੈਗੀ ਹੈ ਕੈਮਰੇ ਵਾਲੀ AI ਗਨ, ਪਰ ਉਹ ਹਰੇਕ ਦੇ ਵਰਤਣ ਦੀ ਚੀਜ਼ ਨਹੀਂ ਹੈਗੀ। ਇਹ ਵੀ ਹਰੇਕ ਕੋਈ ਨਹੀਂ ਇਹਨੂੰ ਵਰਤ ਸਕਦਾ, ਕਿਉਂਕਿ ਨਹੀਂ ਤਾਂ ਪਹਿਲਾਂ ਜਿਹੜੇ ਲੋਕਾਂ ਨੇ ਵੇਚੀ, ਉਹਨਾਂ ਨੇ ਇਹ ਕਹਿ ਕੇ ਵੇਚਿਆ ਵੀ ਕੋਈ ਵੀ ਇਹਨਾਂ ਨੂੰ ਯੂਜ਼ ਕਰ ਸਕਦਾ। ਇਹਦੇ ਬਾਰੇ ਆਪਾਂ ਕੋਈ ਅੱਗੇ ਜਾ ਕੇ ਬਣਾਵਾਂਗੇ, ਕੋਈ ਵਿਸਥਾਰ ਨਾਲ ਵੀਡੀਓ ਬਣਾਵਾਂਗੇ ਅਤੇ ਤੁਹਾਨੂੰ ਚਲਾ ਕੇ ਵੀ ਦਿਖਾ ਦਾਂਗੇ। ਜਿਹੜੀ ਆਪਣੇ ਘਰ ਪਈ ਹੈ ਉਹ ਇੱਦਾਂ ਹੀ ਪਈ, ਕੋਈ ਜ਼ਿਆਦਾ ਕੰਮ 'ਚ ਨਹੀਂ ਆਉਂਦੀ। ਅਤੇ ਬਾਕੀ ਆਪਾਂ ਇਹਨਾਂ ਦੀ ਦੇਖਦੇ ਸੀਗੇ ਵੀ ਸ਼ਾਇਦ ਕੁਛ ਅਲੱਗ ਹੋਵੇ, ਪਰ ਨਹੀਂ, ਉੱਦਾਂ ਦਾ ਹੀ ਸੀਗਾ ਸਾਰਾ ਸਿਸਟਮ। ਇਹਦੇ ਬਾਰੇ ਡਿਟੇਲਡ ਵੀਡੀਓ ਪਾਵਾਂਗਾ ਦੋਸਤੋ। ਅਤੇ ਇਹਨਾਂ ਨੂੰ ਆਪਾਂ ਨੇ ਇੱਕ ਦੋ ਸਵਾਲ ਇਹ ਪੁੱਛਿਆ ਸੀ ਜਿਹੜਾ ਇਹ ਚੰਗੀ ਤਰ੍ਹਾਂ ਜਵਾਬ ਦੇ ਨਹੀਂ ਸਕੇ, ਕਿਉਂਕਿ ਜੋ ਆਪਾਂ ਨੂੰ ਦਿੱਕਤ ਆਈ ਆਪਾਂ ਨੇ ਉਹ ਪੁੱਛ ਲਿਆ ਸੀਗਾ। ਅਤੇ ਅੱਗੇ ਚੱਲ ਕੇ ਇਹ ਐਡਵਾਂਟਾ ਦੇ ਬੀਜ ਸੀਗੇ ਦੋਸਤੋ, ਆਹ ਦੇਖ ਲਓ ਤੁਸੀਂ, 20 ਤੋਂ 22 ਫੁੱਟ ਦਾ ਇਹਦੀ ਲੰਬਾਈ ਹੋਈ ਵੀ ਹੈ। ਇਹ ਸੀਗੀ ਮੇਰੇ ਖਿਆਲ ਮੈਗਾ ਸਵੀਟ ਸੀਗੀ, ਮੈਗਾ ਸਵੀਟ ਜਿਹੜੀ ਆਪਾਂ ਵੀ ਬੀਜੀ ਹੋਈ ਆ, ਯਾਨੀ ਇਹ ਕੁਛ ਜ਼ਿਆਦਾ ਹੀ ਵੱਡੀ ਹੋਈ ਵੀ ਆ। ਚਲੋ ਬਾਕੀ ਸੇਵਾ 'ਤੇ ਡਿਪੈਂਡ ਕਰਦਾ, ਬਾਕੀ ਬੀਜ ਵਧੀਆ ਇਹ। ਅਤੇ ਬਾਕੀ ਸੈਮੀਨਾਰ ਲੱਗਿਆ ਹੋਇਆ ਸੀ, ਇੱਥੇ ਲੈਕਚਰ ਚੱਲ ਰਹੇ ਸੀਗੇ ਅਤੇ ਲੋਕ ਕਾਫੀ ਸੁਣ ਵੀ ਰਹੇ ਸੀ ਪਸ਼ੂ ਪਾਲਣ ਦੇ ਰਿਲੇਟਡ। ਅਤੇ ਬਾਕੀ ਮਨਵੀਰ ਹੈ, ਇਹ ਮੇਰਾ ਮਿੱਤਰ ਹੈ, ਅਤੇ ਅੱਗੇ ਪਸ਼ੂ ਸੀਗੇ ਯੂਨੀਵਰਸਿਟੀ ਦੇ ਹੀ। ਅਤੇ ਆਹ ਬੁੱਲ ਖੜਿਆ ਸੀ, ਕਾਫੀ ਵਧੀਆ ਸੀਗਾ ਰੰਗ ਰੁੰਗ, ਕਾਫੀ ਪਸ਼ੂਆਂ ਦੇ ਚੰਗੇ ਸੀਗੇ, ਮਤਲਬ ਕਾਫੀ ਗੂੜੇ ਰੰਗ ਦੇ ਪਸ਼ੂ ਸੀਗੇ, ਰੰਗ ਤੋਂ ਹੀ ਜ਼ਿਆਦਾ ਅੰਦਾਜ਼ਾ ਹੋ ਜਾਂਦਾ ਵੀ ਨਸਲ ਕਿੱਦਾਂ ਦੀ ਹੈ। ਪਸ਼ੂ ਕਾਫੀ ਅੱਛੇ ਸੀਗੇ, ਇਹ ਯੂਨੀਵਰਸਿਟੀ ਦੇ ਹੀ ਪਸ਼ੂ ਸੀਗੇ, ਬਾਹਰੋਂ ਪਸ਼ੂ ਲਿਆਉਣ ਦਾ ਹੈ ਨਹੀਂ ਸੀਗਾ ਇਹਦੇ 'ਚ। ਅਤੇ ਤੁਸੀਂ ਦੇਖ ਸਕਦੇ ਹਾਂ ਬੁੱਲ ਖੜਿਆ HF, ਗਾਂ ਕਾਫੀ ਵਧੀਆ ਸੀਗੀ। ਬਾਕੀ ਮੇਲੇ ਦਾ ਆਨੰਦ ਆਇਆ ਪੂਰਾ, ਭੀੜ ਬਹੁਤ ਸੀ ਲੋਕਾਂ 'ਚ, ਮੰਨ ਲਓ ਉਤਸ਼ਾਹ ਬੜਾ ਸੀ ਮੇਲਾ ਦੇਖਣ ਦਾ, ਕਾਫੀ ਲੋਕ ਪਹੁੰਚੇ ਹੋਏ ਸੀ। ਅਤੇ ਨੀਲੀਰਾ ਵੀ ਨਸਲ ਤੁਸੀਂ ਦੇਖ ਸਕਦੇ ਹਾਂ, ਮਧਰੀ ਗੋਡੀ। ਅਤੇ ਇੱਕ ਆਹ ਪਹਿਲਣ ਬੈਡ ਸੀਗੀ, ਬਹੁਤ ਚੰਗੀ ਲੱਗੀ ਮੈਨੂੰ, ਆਹ ਜਿਹੜੀ ਖੜੀ ਆ ਜਰਸੀ ਬੈਠੀ ਆ, ਪਸ਼ੂਆਂ ਦੀ ਉਹਨਾਂ ਨੇ ਪ੍ਰਦਰਸ਼ਨੀ ਲਾਈ ਹੋਈ ਸੀਗੀ, ਪਸ਼ੂ ਦਿਖਾਏ ਹੋਏ ਸੀ ਆਪਣੇ, ਮੰਨ ਲਓ ਹਰੇਕ ਸੈਗਮੈਂਟ 'ਚੋਂ ਇੱਕ ਇੱਕ। ਇਹਦੇ 'ਚ ਮੰਨ ਲਓ ਸਾਹੀਵਾਲ ਵੀ ਸੀਗੀ ਬ੍ਰੀਡ,
ਜਿਹੜੀ ਯੂਨੀਵਰਸਿਟੀ ਦੀ ਆ, ਅਤੇ ਬਾਕੀ ਤੁਸੀਂ, ਮੈਂ ਤਾਂ ਇਹੀ ਕਹੂੰਗਾ ਮੇਲਾ ਜ਼ਰੂਰ ਦੇਖਣਾ ਚਾਹੀਦਾ ਸਾਰਿਆਂ ਨੂੰ, ਕਾਫੀ ਕੁਝ ਨਵਾਂ ਦੇਖਣ ਨੂੰ ਮਿਲਦਾ, ਲੋਕਾਂ ਦਾ ਉਤਸ਼ਾਹ ਦੇਖ ਕੇ ਆਪ ਵੀ ਮੋਟੀਵੇਸ਼ਨ ਮਿਲਦੀ ਆ। ਅਤੇ ਅੱਗੇ ਅਸੀਂ ਆ ਗਏ ਸੀਗੇ, ਆਹ ਉਹਨਾਂ ਦਾ ਪ੍ਰੋਜੈਕਟ ਸੀਗਾ ਅਲੱਗ ਅਲੱਗ ਤਰ੍ਹਾਂ ਦੇ ਸਿੰਚਾਈ ਸਿਸਟਮ, ਇਰੀਗੇਸ਼ਨ ਸਿਸਟਮ, ਅਤੇ ਜ਼ਿਆਦਾ ਇਹਦੇ ਬਾਰੇ ਜਾਣਕਾਰੀ ਤਾਂ ਅਸੀਂ ਨਹੀਂ ਲਈ, ਬਸ ਦੇਖ ਕੇ ਹੀ ਆਪਣਾ ਆਨੰਦ ਲਿਆ ਵੀ ਅਲੱਗ ਅਲੱਗ ਸਿਸਟਮ ਕਿਵੇਂ ਦੇ ਨੇ ਉਹ ਲੱਗਿਆ। ਨਾਲੇ ਤਾਂ ਲੱਤਾਂ ਦੀ ਐਕਸਰਸਾਈਜ਼ ਹੋ ਜਾਂਦੀ ਹੈ, ਨਾਲੇ ਪਾਣੀ ਵੀ ਵਧੀਆ ਚੱਕਿਆ ਸੀ ਉਹਨੇ। ਬਾਕੀ ਉਹਦਾ ਬਾਹਰ ਤੱਕ ਤਾਂ ਕਿਤੇ ਲੱਗੇ ਦੇਖਾ ਨਹੀਂ, ਦੇਖਿਆ ਨਹੀਂ ਇੱਦਾਂ ਦਾ ਸਿਸਟਮ, ਇੱਥੇ ਹੀ ਦੇਖਿਆ ਸੀ। ਅਤੇ ਮੁੜ ਕੇ ਅਸੀਂ ਵੀ ਉੱਧਰਲੀ ਸਾਈਡ ਚਲੇ ਗਏ, ਮਨਵੀਰ ਪਹੁੰਚ ਗਿਆ ਅਤੇ ਬਾਈ ਹੁਣੀ ਪਹੁੰਚ ਗਏ, ਉਹ ਵੀ ਉਸੇ ਨੂੰ ਚੈੱਕ ਕਰ ਰਹੇ ਹਾਂ। ਅਤੇ ਆਪਾਂ ਵੀ ਜਾਵਾਂਗੇ ਹੁਣ ਉੱਧਰ, ਅਤੇ ਫਿਰ ਆਪਾਂ ਨੇ ਵੀ ਟਰਾਈ ਕਰਿਆ ਵੀ ਕਿੰਨਾ ਕੁ ਜ਼ੋਰ ਲੱਗਦਾ, ਅਤੇ ਕਾਫੀ ਵਧੀਆ ਸੀਗਾ ਸਿਸਟਮ, ਪਰ ਬਾਹਰ ਨਹੀਂ ਕਿਤੇ ਲੱਗਿਆ ਦੇਖਿਆ, ਇੱਥੇ ਹੀ ਦੇਖਿਆ, ਬਾਹਰ ਫੀਲਡ 'ਚ ਤਾਂ ਨਹੀਂ ਲੱਗਿਆ ਇੱਦਾਂ ਦਾ ਕੁਛ। ਪਾਣੀ ਵੀ ਦੇਖੋ ਫਿਰ ਵੀ ਠੀਕ ਠਾਕ ਪਾਣੀ ਚੱਕ ਰਹੀ ਹੈ, ਅਤੇ ਜ਼ੋਰ ਵੀ ਐਡਾ ਕੁਛ ਖਾਸ ਨਹੀਂ ਲੱਗਿਆ। ਇੱਦਾਂ ਦਾ ਕਾਫੀ ਕੁਛ ਸੀਗਾ ਉੱਥੇ, ਯੂਨੀਵਰਸਿਟੀ ਵੱਡੀ ਬਹੁਤ ਹੈ ਦੋਸਤੋ, ਜਿਨ੍ਹਾਂ ਨੇ ਵੀਰਾਂ ਨੇ ਤਾਂ ਦੇਖੀ ਉਹਨਾਂ ਨੂੰ ਤਾਂ ਪਤਾ ਹੋਊਗਾ, ਅਤੇ ਮੈਂ ਪਹਿਲੀ ਵਾਰ ਗਿਆ ਸੀ ਅਤੇ ਕਾਫੀ ਕੁਝ ਨਵਾਂ ਦੇਖਣ ਨੂੰ ਮਿਲਿਆ। ਅਤੇ ਇੱਕ ਇਹ ਸਟਾਲ ਸੀਗੀ ਆਪਣੇ ਹਰਜੀਤ ਡੈਰੀ ਫਾਰਮ ਵਾਲੇ ਆ, ਉਹ ਸਿਸਟਰ ਹੈ, ਅਤੇ ਇਹਨਾਂ ਦਾ ਮੈਂ ਪਹਿਲਾਂ ਵੀ ਸੋਸ਼ਲ ਮੀਡੀਆ 'ਤੇ ਦੇਖਿਆ ਵੀ ਇਹ ਆਪ ਪ੍ਰੋਡਕਟ ਤਿਆਰ ਕਰਦੇ ਆਪਣੇ ਡੈਰੀ ਫਾਰਮ 'ਚੋਂ, ਅਤੇ ਇਹਨਾਂ ਦੀ ਮੇਰੇ ਖਿਆਲ ਆਊਟਲੈਟ ਵੀ ਹੈਗੀ ਇਹਨਾਂ ਦੀ, ਮੈਨੂੰ ਇੱਦਾਂ ਨਹੀਂ ਪਤਾ ਵੀ ਕਿਹੜੇ ਏਰੀਏ 'ਚ ਕਿਉਂ ਹੈ ਇਹ, ਪਰ ਇਹਨਾਂ ਦਾ ਮੈਨੂੰ ਕੰਮ ਕਾਫੀ ਚੰਗਾ ਲੱਗਿਆ। ਹੋਰ ਵੀ ਪਕੌੜੇ ਵਗੈਰਾ ਹੋਰ ਵੀ ਲੋਕ ਬਣਾ ਰਹੇ ਸੀਗੇ, ਪਰ ਇੰਨੀ ਭੀੜ ਕਿਤੇ ਨਹੀਂ ਸੀ। ਇਹਨਾਂ ਦਾ ਖੋਆ ਵਗੈਰਾ, ਬਰਫੀ, ਪਨੀਰ ਦੇ ਪਕੌੜੇ ਬਣਾ ਰਹੇ ਸੀ, ਅਤੇ ਬਦਾਮਾਂ ਵਾਲਾ ਦੁੱਧ ਸੀਗਾ, ਅਸੀਂ ਵੀ ਇਹਨਾਂ ਦਾ ਬਦਾਮਾਂ ਵਾਲਾ ਦੁੱਧ ਟਰਾਈ ਕੀਤਾ ਸੀ। ਤੁਸੀਂ ਦੇਖ ਸਕਦੇ ਹਾਂ ਲੋਕ ਪਕੌੜੇ ਕਿੰਨੇ ਚਾਅ ਨਾਲ ਖਾ ਰਹੇ ਹੈ, ਅਤੇ ਅਸਲੀ ਚੀਜ਼ ਜਿਹੜੀ ਹੁੰਦੀ ਹੈ ਦੋਸਤੋ ਉਹ ਵੈਸੇ ਹੀ ਮਤਲਬ ਟੇਸਟੀ ਵੀ ਬਣਦੀ ਹੈ, ਅਤੇ ਲੋਕਾਂ ਦੀ ਖਿੱਚ ਦਾ ਕੇਂਦਰ ਵੀ ਬਣਦੀ ਹੈ, ਜਿੱਥੇ ਵਿਸ਼ਵਾਸ ਹੋਵੇ ਲੋਕਾਂ ਨੂੰ ਕਿ ਹਾਂ ਸਾਨੂੰ ਅਸਲੀ ਖਾਣਾ ਹੀ ਮਿਲੂਗਾ ਜੋ ਵੀ ਆਪਾਂ ਖਾਣਾ ਚਾਹ ਰਹੇ ਹਾਂ। ਅਤੇ ਬਾਕੀ ਇੱਧਰ ਵੱਡੇ ਇਕਵਿਪਮੈਂਟ ਸੀਗੇ ਸਾਰੇ, ਟਰੈਕਟਰ ਵਗੈਰਾ, ਰੋਟਾਵੇਟਰ, ਹੋਰ ਵੱਡੀਆਂ ਮਸ਼ੀਨਾਂ ਸੀਗੀਆਂ, ਉਹ ਏਰੀਏ 'ਚ ਇਹਨਾਂ ਦੀ ਸਟਾਲ ਲੱਗੀ ਹੋਈ ਸੀ, ਅਤੇ ਕਾਫੀ ਵਧੀਆ ਇਹਨਾਂ ਦਾ ਚੱਲ ਰਿਹਾ ਸੀ। ਅਤੇ ਲੋਕਾਂ ਨੂੰ ਮੰਨ ਲਓ ਲੋਕ ਭਰੋਸਾ ਕਰਦੇ ਆ ਜੇ ਕੋਈ ਸਾਫ਼ ਸੁਥਰਾ ਕੰਮ ਕਰਦਾ, ਅਤੇ ਅਸੀਂ ਬਦਾਮ ਵਾਲਾ ਮਿਲਕ ਸ਼ੇਕ ਜਿਹਾ ਪੀਤਾ ਸੀਗਾ, ਕਾਫੀ ਵਧੀਆ ਸੀਗਾ, ਟੇਸਟੀ ਸੀ, ਰਿਫਰੈਸ਼ਿੰਗ ਸੀ। ਅਤੇ ਤੁਸੀਂ ਦੇਖ ਸਕਦੇ ਹਾਂ ਭੀੜ, ਤੁਸੀਂ ਦੇਖ ਸਕਦੇ ਹਾਂ, ਅਤੇ ਆਹ ਇਹਨਾਂ ਦਾ ਉਹ ਹੈ ਬੈਨਰ ਹੈ ਹਰਜੀਤ ਡੈਰੀ ਫਾਰਮ, ਕਾਫੀ ਮੈਨੂੰ ਵਧੀਆ ਲੱਗਿਆ। ਜੇ ਮੰਨ ਲਓ ਸਾਰੇ ਜਣੇ ਆਪਣਾ ਕੁਛ ਨਾ ਕੁਛ ਦੁੱਧ ਤੋਂ ਆਪ ਤਿਆਰ ਕਰਕੇ ਉਹ ਕਰਨ ਤਾਂ ਜ਼ਿਆਦਾ ਬੈਟਰ ਹੈ। ਅਤੇ ਬਾਕੀ ਬੂਟੇ ਵਗੈਰਾ ਲੱਦ ਲਏ, ਥੋੜ੍ਹੇ ਬਹੁਤੇ ਬੂਟੇ ਲਏ ਸੀ, ਅਮਰੂਦ, ਕਿੰਨੂ ਅਤੇ ਇੱਕ ਔਲੇ ਦਾ ਬੂਟਾ ਲਿਆ ਸੀ। ਬਾਕੀ ਮਨਵੀਰ ਨੇ ਦੋ ਤਿੰਨ ਹਰਬਲ ਲਏ ਸੀ। ਮਨਵੀਰ ਮੇਰੇ ਨਾਲੇ ਇੱਕੋ ਮਹਿਕਮੇ 'ਚ ਆਇਆ ਸੀ, ਜੋਬ ਕਰਦੇ ਹਾਂ ਸਰਕਾਰੀ, ਅਤੇ ਗੱਡੀ ਅਸੀਂ ਸਪੈਸ਼ਲ ਮੰਗ ਕੇ ਲਿਆਏ ਸੀ ਕਿ ਬੂਟੇ ਲੱਦਣੇ ਆ, ਵੀ ਫਿਰ ਦੂਜੀ ਗੱਡੀ 'ਚ ਥੋੜ੍ਹਾ ਔਖਾ ਹੋ ਜਾਂਦਾ, ਬੂਟੇ ਖਰਾਬ ਹੋਣ ਦਾ ਡਰ ਰਹਿੰਦਾ। ਅਤੇ ਇਹਦੇ 'ਚ ਬੂਟੇ ਵਗੈਰਾ ਪਿੱਛੇ ਬੜੇ ਵਧੀਆ ਤਰੀਕੇ ਨਾਲ ਰੱਖੇ ਗਏ। ਬਾਕੀ ਤੁਸੀਂ ਦੱਸਿਓ ਫਿਰ ਕਮੈਂਟ ਕਰਕੇ ਵੀ ਮੇਲੇ ਦੀਆਂ ਝਲਕੀਆਂ ਤੁਹਾਨੂੰ ਕਿਵੇਂ ਲੱਗੀਆਂ, ਅਤੇ ਕੋਸ਼ਿਸ਼ ਕਰਿਆ ਕਰੋ ਇੱਦਾਂ ਦੇ ਪ੍ਰੋਗਰਾਮਾਂ 'ਚ
ਸਾਰੇ ਜਣੇ ਜ਼ਰੂਰ ਜਾ ਕੇ ਆਇਆ ਕਰੋ, ਜਿਹੜੇ ਜਿਹੜੇ ਇੰਟਰਸਟ ਰੱਖਦੇ ਆ ਖੇਤੀ 'ਚ ਜਾਂ ਆਪਣਾ ਡੈਰੀ ਫਾਰਮਿੰਗ ਦੇ ਧੰਦੇ 'ਚ। ਅਤੇ ਵੈਸੇ ਵੀ ਜਿਹੜੇ ਨਹੀਂ ਵੀ ਇੰਟਰਸਟ ਬਹੁਤਾ ਰੱਖਦੇ, ਤਾਂ ਜੇ ਕਿਤੇ ਆਪਾਂ ਇੱਕ ਦਿਨ ਦਾ ਟਾਈਮ ਕੱਢ ਕੇ ਇੱਦਾਂ ਦੇ ਪ੍ਰੋਗਰਾਮ 'ਚ ਜਾਈਏ ਤਾਂ ਕਾਫੀ ਵਧੀਆ ਰਹਿੰਦਾ ਦੋਸਤੋ। ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੱਧ ਤੋਂ ਵੱਧ, ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਦੋਸਤੋ। ਧੰਨਵਾਦ।